स्वागत है किसान वीरों ताड़ा अपने यूट्यूब चैनल ढिलो डेयरी फार्म बरनला दे विच। सो जिहड़े किसान वीर अपने इस चैनल पर वीडियो पहली बार देख रहे हैं उन्होंने रिक्वेस्ट है कि अपने यूट्यूब चैनल जो सबसक्राइब कर लियो। सो अपना कॉन्टैक्ट नंबर है 8427198817। सो अज की वीडियो आप सू दो नगीने दिखाने हैं। पहले नंबर से जर्सी सूई सवाई पिछे बछी ताजी बछी बछा विसे तो एक दिखाई अपनी देसी गऊ माता जिन्हों कह देंगे पूरी ठंडी बर्फ वर्गी बिच भी डर देसी छड़ा मार दिया लत्तां मार दिया बाल्टियां भन दिया इन्हों आप बिना न्याणे तो झो के दिखावे पिछे देसी ये बछी आ। सो दो नाग विक्री वाले पहले ये बारे करते हैं गल जर्सी बारे आप फिर आप देसी गां झो के दिखावे जमा सारी प्योर देसी चिट्टे रंग की जमा बर्फ वर्गा रंग है। सत श्रीकाल भाई जी। हाँ जी मेरे नाम एड्रैस दस अपना ते मोबाइल नंबर अपना ठीक है। पहले नंबर प्रदीप मेरी जर्सी देख दे पे रात सूई सी ਸਵੇਰੇ ਅੱਧੇ ਵੋਲੇ ਚੋਂ ਖਾਲੀ ਆ ਚੋਣ ਚਵਾਈ ਦੀ ਜਮਾ ਠੰਡੀ ਸੀ ਲਾ ਠੀਕ ਹੈ ਤੇ ਮੰਗ ਰਿਹਾ ਤੇ ਬੱਸਾਂ ਜੇਰ ਵਗੈਰਾ ਜਮਾ ਡਾਲੀ ਬੱਚਾ ਵਿਸੇ ਆ ਦੋ ਦੰਦ ਬਲੂਨ ਸੂਈ ਆ ਹਨਾ ਦੋ ਦੰਦ ਆ ਤੇ ਬੋਲਾ ਅੱਧਾ ਚੋਦਾ ਅੱਧਾ ਤਾਂ ਕਿ 6 ਸਾਢੇ 6 ਕਿਲੋ ਕੱਟਿਆ ਸੀ ਠੀਕ ਹੈ ਚਵਾਈ ਚੂ ਵੀ ਇੱਕ ਨੰਬਰ ਆ ਤਰੂ ਵਰਗੀ ਚਵਾਈ ਖੋਲੀ ਆ ਕੋਈ ਵਾਰ ਕੋਈ ਬਾਈ ਫੋਨ ਫਾਨ ਤੇ ਲੈਂਦਾ ਗਾ ਠੀਕ ਹੈ ਕੋਈ ਦਿੱਕਤ ਪ੍ਰੋਬਲਮ ਤੇ ਕਿੰਨਾ ਕ ਅੰਦਾਜ਼ਾ ਦੁੱਧ ਵਾਲੇ ਤੋਂ ਦੁੱਧ ਬਾਈ ਯਾਰ ਘੱਟ ਤੋਂ ਘੱਟ ਮੰਨ ਕੇ ਬੱਚੀ ਇਹ 16 17 ਕਿਲੋ ਦਾ ਨਾਰਮਲ ਗੱਡੀ ਹੋਊਗੀ ਲੇਵੇ ਦੀ ਕੁਆਲਿਟੀ ਬਹੁਤ ਆ ਜਿਵੇਂ ਸਟੈਚ ਲੇਵਾ ਕੇ ਪਿੱਛੇ ਵਾਲਾ ਸਟੈਚ ਲੇਵਾ ਦੋ ਦੰਦ ਪਲੂਨ ਪਹਿਲਾ ਸੂਆ ਸੂਈ ਆ ਤੇ ਰੰਗ ਕਾਫੀ ਕਲਰ ਦਾ ਆ ਗਿਆ ਵਿੱਚ ਕਾਲੀ ਕਾਲੀ ਭਾਫ ਦਿੰਦਾ ਜਿਵੇਂ ਉੱਤਰ ਉੱਪਰ ਮਸਾਲਾ ਜਿਹਾ ਪਾਇਆ ਹੁੰਦਾ ਅੱਗੇ ਪਿੱਛੇ ਦਾ ਹਵਾਨਾ ਦੁੱਧ 16 17 ਕੋਈ ਇਹ ਨਹੀਂ ਗੱਲ ਬਾਈ ਨੇ ਹਵਾ ਨੂੰ ਗੰਢਾ ਦਿੱਤਾ ਕਿ 20 ਦੇ ਦੂਗੀ 25 ਦੇ ਦੂਗੀ 20-25 ਕਿਲੋ ਦੇ ਘਰ ਭਰਾਵੋ ਬਹੁਤ ਸਪੂਰ ਹੁੰਦੇ ਆ ਸੂਆ ਵਗੈਰਾ ਚੰਗਾ ਕੰਨ ਨਿੱਕਾ ਨਿੱਕਾ 16 17 16 17 ਆਰਾਮ ਨਾਲ ਦੇ ਦੂਗੀ ਇਹਦੂ ਘੱਟ ਰਹਿੰਦੀ ਨਹੀਂ ਅਤੇ ਤਾਜ਼ੀ ਸੂਈ ਆ ਜੇਰ ਜੱਪਾ ਜਮਾਂ ਓਕੇ ਆ ਡਨ ਆ ਸਾਰਾ ਕੁਝ ਇਹਦਾ। ਸੋ ਲੇਵਾ ਵਗੈਰਾ ਦੇਖ ਸਕਦੇ ਫਿਟਿੰਗ ਵਾਲਾ ਲੇਵਾ ਪੂਰਾ ਜਮਾਂ ਸਟੈਚਰ ਆ ਜਮਾਂ ਸਾਫ਼ ਸੁਥਰਾ ਬਾਕੀ ਨਵਾਂ ਹਾਣ ਆ ਜਮਾਂ 7-8 ਸਾਲ ਚੱਲਣ ਵਾਲੀ ਚੀਜ਼ ਆ ਤੇ ਪ੍ਰਦੀਪ ਜੇਰ ਜੱਪਾ ਓਕੇ ਆ ਜਮਾਂ ਸਾਰਾ ਉਧਰੇ ਚੇਰ ਵਗੈਰਾ ਡਾਣਾ ਚਵਾਈ ਨਹੀਂ ਠੰਡੀ ਆ ਠੀਕ ਹੈ 6.5 ਕਿਲੋ ਬੋਲਾ ਕੱਢਿਆ ਸੀਗਾ ਠੀਕ ਹੈ ਵਧੀਆ ਬੱਚਾ ਦੁੱਗ ਦੇ ਦੰਦ ਵਾਲੇ ਚੱਕੇ ਆ ਤੇ ਤਾਰਾਂ ਤੇ ਨਹੀਂ ਮਾਰਨ ਦੀ ਲੋੜ ਤਾਰਾਂ ਲੋੜੀ ਜਮਾਂ ਠੰਡੀ ਆ ਬਈ ਠੀਕ ਹੈ ਦੂਜੇ ਨੰਬਰ ਤੇ ਦਿਖਾਉਨੇ ਆਪਾਂ ਦੇਸੀ ਇਹ ਤਾਂ ਬਹੁਤ ਘੱਟ ਮਿਲਦੀ ਆ ਹਨਾ ਬਹੁਤ ਘੱਟ ਬਈ ਇਹ ਤਾਂ ਜਿਵੇਂ ਇਹਦੇ ਅੱਗੇ ਜਿਹੜੀ ਇਹਦੇ ਟੀਕਾ ਲੱਗਿਆ ਹੋਇਆ ਉਹ ਥਾਰ ਪਾਰਕ ਦਾ ਲੱਗਿਆ ਹੋਇਆਗਾ ਠੀਕ ਹੈ ਜਿਵੇਂ ਨਸਲ ਸੁਧਾਰ ਨਾਲ ਕੰਮ ਕਹਿੰਦੇ ਨੇ ਆਪਾਂ ਠੀਕ ਹੈ ਬੱਚਾ ਜਿਹੜਾ ਅੱਗੇ ਦਾ ਥਾਰ ਪਾਰਕ ਦਾ ਹੈਗਾ ਠੀਕ ਹੈ ਹਾਂ ਤੇ ਆਪਾਂ ਚੋਕੇ ਵੀ ਦਿਖਾਉਣੇ ਇਹ ਆ ਬਲਾਵਤ ਬੱਚਾ ਇਹਦਾ ਸੋ ਬੱਚਾ ਚੋਕ ਦਾ ਤੁਸੀਂ ਦੇਖ ਸਕਦੇ ਹੋ ਦੇਸੀ ਗਾਂਗੀ ਤੇ ਹੁਣ ਆਪਾਂ ਚਵਾਈ ਕਰਕੇ ਦਿਖਾਵਾਂਗੇ ਬੰਦ ਦੇ ਬੰਦ ਬੰਦ ਉਤਰੂਗੀ ਬਸ ਪ੍ਰਦੀਪ ਚਵਾਈ ਇਹਦੀ ਅੱਜ ਸਵੇਰੇ ਕਰੀ ਚਵਾਈ ਬਾਈ ਇਹ ਪਾਪਾ ਤੇਰੇ ਕਰਕੇ ਰੋਕ ਕੇ ਸੀ ਕਈ ਵਾਰ ਨਾ ਕੀ ਆ ਵੀ ਬਾਈ ਵਿੱਚ ਐ ਹੁੰਦਾ ਉਹ ਦੂਰਦਾਰ ਦਾ ਬੰਦਾ ਲੈਣ ਵਾਲਾ ਹੁੰਦਾ ਵਿਚਾਰ ਡਿਸਟਰਬ ਜਾਂਦਾ ਬਾਈ ਇਹਦਾ ਕੁਝ ਨਾ ਉਹ ਤਾਂ ਹੁੰਦਾ ਨਹੀਂ ਜਿਹੜਾ ਹੁਣ ਇਹਦੇ ਥੱਲੇ ਇਸ ਟਾਈਮ ਠੰਡਾ ਦੁੱਧ ਹੈਗਾ ਜਮਾਂ ਠੰਡਾ ਦੁੱਧ ਉਹ 9 ਕਿਲੋ ਆ ਬੱਚੇ ਬੱਚੇ ਸਮੇਤ 9 ਕਿਲੋ ਦੁੱਧ ਹੁਣ ਤਿਆਰ ਆ 4.5 ਕਿਲੋ ਡੰਗ ਦਾ ਹਾਂ ਜਮਾਂ ਤਿਆਰ ਆ ਹੁਣ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਹੈਗੀ ਅੱਜ ਇਹ 6-7 ਦਿਨਾਂ ਦੀ 6-7 ਦਿਨਾਂ ਦੀ ਸੂਈ ਵੀ ਆ ਅੰਦਾਜ਼ਾ ਵੀ ਦੇ ਦੂ 13 12 13 ਕਿਲੋ ਬਾਈ ਵਧੀਆ ਸੇਵਾ ਤੇ ਹੋਈ ਮੰਨ ਕੇ ਜਿਵੇਂ ਹੁਣ ਕਿਸੇ ਨੇ ਘਰੇ ਰੱਖਣ ਨੂੰ ਲੈਣੀ ਆ ਦੁੱਧ ਦਾਦ ਰੜਕਣ ਨੂੰ ਕਹਾਂ ਪੁੱਤ ਬਾਲਟੀ ਦਿਖਾ ਦੇ ਕਰ ਥੱਲੇ ਬਕੂਨੇ ਚ ਕਰ ਚੋ ਦੇ ਪੁੱਤ ਮੂਰਲੇ ਮੂਰੇ ਚਾਰੇ ਥਣਾ ਬਾਈ ਜਮਾ ਇੱਕੋ ਜਿਆ ਠੀਕ ਹੈ ਮੰਗਰ ਲੈਂਦਾ ਦੁੱਧ ਜਮਾ ਪੂਰਾ ਪ੍ਰੋਪਰ ਆ ਮੂਰਲੇ ਦਾ ਮੂਰਲੇ ਦਾ ਕਿਉਂਕਿ ਆਪਾਂ ਚੋ ਕੇ ਲਈ ਆ ਕੀ ਚਵਾਈ ਚੁਈ ਦੀ ਪੂਰੀ ਸਾਫ਼ ਧਾਰਾ ਧੂਰਾ ਪੂਰੀਆਂ ਮੋਟੀਆਂ ਹਨਾ ਹਾਂ ਪੂਰੀ ਬਾਈ ਤੇ ਲੱਤ ਸਾਰ ਵਾਲਾ ਦਾ ਕੋਈ ਕੰਮ ਕੋਈ ਮਤਲਬ ਨਹੀਂ ਬਾਈ ਘਰ ਤੱਕ ਵੀ ਗਰੰਟੀ ਆ ਜੂ ਬਾਈ ਆਪਾਂ ਤੋਂ ਫੋਨ ਤੇ ਲੈਂਦਾ ਹੈਗਾ ਹਾਂ ਜਮਾ ਘਰ ਤੱਕ ਗਰੰਟੀ ਆ ਠੀਕ ਹੈ ਤੇ ਦੁੱਧ ਨਾ ਸੀਲ ਮਾਗਰਲੇ ਥਣਾ ਦਾ ਪੂਰਾ ਉਹਨਾਂ ਦਾ ਤੇ ਮੂਰਲੇ ਦਾ ਉਹਨਾਂ ਦਾ ਤੇ ਨਹੀਂ ਆਮ ਤੌਰ ਤੇ ਵਿੱਚ ਪਸ਼ੂ ਵੀ ਹੁੰਦੇ ਜਿਹੜੇ ਦੇਸੀ ਨਸਲ ਦੇ ਪਸ਼ੂ ਹੁੰਦੇ ਇਹਨਾਂ ਦੇ ਥਣਾ ਥੁਣਾ ਦੇ ਫਰਟ ਵਾਲੇ ਹੁੰਦੇ ਨੇ ਕੋਈ ਦਿੱਕਤ ਨਹੀਂ ਪਿਓਰ ਦੇਸੀ ਗਾਂ ਕੀ ਜਿਵੇਂ ਕਿਸੇ ਨੇ ਰੱਖਣੀ ਆ ਬਈ ਮੱਝ ਰੱਖਣ ਦੀ ਜ਼ਰੂਰਤ ਨਹੀਂ ਠੀਕ ਹੈ ਤੇ ਭਾਵ ਯਾਰ ਕਿੰਨਾ ਕੋਈ ਦਾ ਭਾਵ ਯਾਰ ਬਈ ਕਰ ਲਾਂਗੇ ਆਪਾਂ 35000 ਦੀ ਦੇ ਦਿੰਦੇ 35000 ਦੀ ਮਾਰਦਰ ਮੜਾ ਮੋਟਾ ਹੋ ਜੀ ਮਾਰਦਰ ਸੁਗਰ 35000 ਦੀ ਦੇਸੀ ਗਾਂ ਤੇ ਬਹੁਤ ਬਹੁਤ ਘੱਟ ਕਰਮ ਵਾਲੇ ਦੇਖਣ ਨੂੰ ਮਿਲਦੀ ਆ ਮੈਨੂੰ 3 ਸਾਲ ਹੋ ਗਏ ਵੀਡੀਓ ਪਾਉਂਦਿਆਂ ਨੂੰ ਇੱਕ ਵਾਰ ਮੇਰੇ ਕੋਲ ਆਈ ਸੀਗੀ ਤੇ ਹੋਰ ਮੈਂ ਕਿਤੇ ਦੂਜੀ ਵਾਰ ਵੀਡੀਓ ਕਵਰ ਕਰਨ ਲੱਗਿਆ ਮੈਂ ਦੇਸੀ ਗਾਂ ਮਿਲਦੀ ਨਹੀਂ ਪਿੱਛੇ ਇਹਦੇ ਕਰਮ ਵਾਲ ਦੇ ਬੱਚੀ ਹੈਗੀ ਸੋ ਚਵਾਈ ਵਗੈਰਾ ਦੇਖੋ ਧਾਰਾ ਧੂਰਾ ਇਹਦੀਆਂ ਦੇਖੀ ਬਣੇ ਪਾਸੇ ਹੋ ਜਾਂਦੇ ਸੋ ਦੇਖੋ ਚੋਣ ਜਾਣ ਕਰਮ ਵਾਲ ਦਾ ਬਹੁਤ ਚੰਗਾ ਸੋਹਣਾ ਲੱਗਿਆ ਵਾ ਮੋਟਾ ਮੋਟਾ ਚੋਣ ਆ ਜਾਵਾਂ ਤੇ 9 ਕਿਲੋ ਜਮਾ ਦੁੱਧ ਪ੍ਰਦੀਪ ਨੇ ਬਣਾ ਲਾਣਾ ਬਾਈ ਮਾਲਕ ਦੇ ਘਰ ਤੱਕ 8 ਕਿਲੋ ਦੁੱਧ ਹੀ ਆ ਗਰੰਟੀ ਦੇ ਬੱਚੇ ਸਮੇਤ 9 ਕਿਲੋ ਦਾ ਠੀਕ ਹੈ ਠੀਕ ਹੈ 9 ਕਿਲੋ ਬਾਈ ਦੁੱਧ ਕਿ ਤੂੰ ਆਪ ਦੇ ਲੈ ਦੇਸੀ ਗਾਂ ਦਾ ਤੂੰ ਆਪ ਸੈਣਾ ਹੀ ਇਹਦਾ ਮਿਲਦਾ ਨਹੀਂ ਜੋ ਕੋਈ ਤੇ ਨਾ ਘਿਓ ਮਿਲੇ ਨਾ ਹੋਰ ਮਿਲੇ ਠੀਕ ਹੈ ਜਿਹਨੇ ਹੁਣ ਬੱਚੇ ਖਾਤਰ ਰੱਖਣਾਗਾ ਮੇਨ ਗੱਲ ਹੁੰਦੀ ਆ ਬਾਈ ਠੰਡੀ ਸੀ ਉਹਦੀ ਠੀਕ ਹੈ ਦੂਜਾ ਮਖਾ ਦੀ ਧਾਰਾ ਦੋ ਦੋ ਦੇਖ ਸਕਦੇ ਧਾਰਾ ਵਗੈਰਾ ਇਹਦੀਆਂ
35,000 ਦੀ ਵੀਰ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਦੁੱਧ ਜਮਾ ਚਿੱਟਾ ਚਿੱਟਾ ਦੇਖਾ ਦੇ ਜਮਾ ਕੀ ਬਾਤ ਆ ਮੱਝਾਂ ਨਾਲ ਵੀ ਚਿੱਟਾ ਹੈ ਇਹ ਵੀ ਦੇਖ ਬਾਈ ਚੋਈ ਵੀ ਬਹੁਤ ਚੰਗੀ ਹੈ ਦੁੱਧ ਦੇਖੋ ਜਮਾ ਚਿੱਟਾ ਚਿੱਟਾ ਇਹਦਾ ਚਾਹ ਦੇਖੋ ਧਾਰਾਂ ਦੇਖੋ ਮੋਟੀਆਂ ਮੋਟੀਆਂ ਜਮਾ ਤੇ ਦੇਸੀ ਗਾਂ ਜਿਹੜਾ ਵੀਰ ਲੈ ਗਿਆ ਜੀ ਨਹੀਂ ਬਾਈ ਯਾਰ ਆਮ ਦੇਖ ਲੈ ਜੇ ਆਪਾਂ ਵਿੱਚ ਬੰਦੇ ਸ਼ੁਕੀਨ ਹੁੰਦਾ ਅਗਲਾ ਕਹਿੰਦਾ ਸਾਨੂੰ ਦੇਸੀ ਮਿਲ ਜੇ ਮਗਰ ਬੱਚਾ ਬੜਾ ਚੰਗਾ ਥਰ ਪਾਰਦਾ ਲੱਛੀ ਦਿੱਤੇ ਨਾ ਬਾਕੀ ਠੰਡੀ ਦੇਖੋ ਕਰ ਮਾਜ ਹਣਾ ਜਮਾ ਹੱਥ ਫੇਰ ਜੇ ਲੋਕ ਵੀ ਦਿੱਕਤ ਨਹੀਂ ਦੁੱਧ ਪੀਣ ਪੂੰਜ ਸਵਾਹ ਦਾ ਪੂਰਾ ਜਮਾ ਮਗਰ ਤੈਨੂੰ ਚਾਹ ਬਣਾ ਕੇ ਪਿਆ ਦਾਂਗੇ ਲੋ ਵੀ ਚਾਹ ਵੀ ਹੋਣਾ ਪੇਸ਼ ਦੁੱਧ ਵੀ ਪੀ ਕੇ ਜਾਣੀ ਹੈ ਦੱਸ ਦਾਂਗੇ ਤੁਹਾਨੂੰ ਫੋਨ ਲਾ ਕੇ ਵੀ ਚਾਹ ਵਧੀਆ ਸੀ ਕਿ ਨਹੀਂ ਸੀ ਕਿ ਵਧੀਆ ਬਾਲੀ ਵਧੀਆ ਚੀਜ਼ ਆ ਯਾਰ ਜੇ ਕੋਈ ਲੈ ਗਿਆ ਕੋਣ ਕਰੂ ਨਹੀਂ ਜਮਾ ਜਾ ਕਿਵੇਂ ਆਪਾਂ ਹੁਣ ਆਮ ਦੇਖ ਅੱਗੇ ਆਪਣੇ ਕਹਿੰਦੇ ਵੀ ਆਪਾਂ ਦੇਸੀ ਗਾਂ ਲੈਣੀ ਆ ਦੁੱਧ ਵਾਲੀ ਵੀ ਮਿਲ ਜੇ ਆਪਣੇ ਪਿੰਡਾਂ 'ਚ ਮਿਲਦੀ ਠੰਡੀ ਨਹੀਂ ਮਿਲਦੀ ਬਾਕੀ ਕਰਮ ਨੂੰ ਵੀ ਭਾਇਆ ਨਹੀਂ ਉਹ ਵੀ ਬਾਈ ਭਾਇਆ ਤਾਂ ਬਰਕਤ ਕਰਦੀ ਹਨਾ ਅਗਰ ਹਾਂ ਨਾਲ ਦਾ ਸੇਵਾ ਬਾਕੀ ਦੂਜੇ ਨੰਬਰ ਤੇ ਹੋਰ ਵੀ ਬਾਈ ਦੇਸੀ ਗਾਂ ਠੰਡੀ ਨਹੀਂ ਮਿਲਦੀ ਠੀਕ ਹੈ ਹੁਣ ਆ ਬੈਠਿਆ ਦੇਖ ਲੈ ਜਿਵੇਂ ਮਰਜ਼ੀ ਚੋਈ ਜਾ ਕਰਮਾਂ ਦੀ ਬਦਲ ਬਦਲ ਕੇ ਚੋਈ ਜਾਣ ਘਰ ਤੱਕ ਵੀ ਜ਼ਿੰਮੇਵਾਰੀ ਦਵਾਂ ਜਿਹੜਾ ਬਾਈ ਲੈਂਦਾ ਹੋਇਆ ਜਿਵੇਂ ਜਾਇਜ਼ ਗੱਲ ਆ ਗਾਂ ਬਹੁਤ ਚੰਗੀ ਆ ਤੇ 35,000 ਦੀ ਆਪਾਂ ਐਚਐਫ ਲੈਣ ਲੱਗੀ ਯਾਰ ਬੱਚੀ ਤੇ ਇਹਨਾਂ ਦੁੱਧ ਪੀਣ ਨੂੰ ਖੈਰ ਵਧੀਆ ਹੁੰਦਾ ਵਧੀਆ ਤੇ ਮੱਝ ਦੇ ਬਰੋਬਰ 2,00,000 ਰੁਪਏ ਵਾਲੀ ਦੇ ਯਾਰ ਬਈ ਮੱਝ ਨਾਲੇ ਕਿੱਥੋਂ ਮੱਝ ਨੇ ਆਪਦਾ ਮੁਕਾਬਲਾ ਕਰਨਾ ਜਿਵੇਂ ਹੁਣ ਘਿਓ ਕੋਈ ਆਪਣੇ ਬੱਚਿਆਂ ਖਤਰ ਆਪਾਂ ਵਰਤਦੇ ਆ ਹੋਰ ਬੜਾ ਕੁਛ ਕੰਮ ਕਰਦੇ ਉਹ ਦੇਖੋ ਚਵਾਈ ਆਪਾਂ ਸਾਰੀ ਦਿਖਾ ਦਈਏ ਜੀ ਬਾਡੀ ਹੁੰਦੀ ਦੁਰੀ ਜਾਂਦੀ ਆ ਤਾਂ ਸਾਨੂੰ ਸੁਆ ਹੋਊ ਪ੍ਰਦੀਪ ਦੂਜਾ ਤੀਜਾ ਕਾ ਦੂਜੇ ਸੁਆ ਸੂਈ ਆ ਬਾਈ ਦੂਜਾ ਸੁਆ ਮੂਰੋਂ ਬਾਈ ਤੇ ਜਿਹਦੇ ਤੈਨੂੰ ਖੁਦ ਆ ਚੋ ਕੇ ਤੈਨੂੰ ਤੋਰ ਕੇ ਦਿਖਾਉਂਗਾ ਜਿਹਦੀ ਕੁਆਲਿਟੀ ਦੇਖ ਲੈ ਜਿਵੇਂ ਕਿਸੇ ਦੇ ਖੁੱਲਾ ਛੱਡਣ ਵਾਲਾ ਥਾਂ ਬਣਿਆ ਹੋਵੇ ਨਾ ਠੀਕ ਜਿਵੇਂ ਵਿੱਚ ਬਾਈ ਦੇ ਖੁੱਲਾ ਛੱਡਣ ਵਾਲਾ ਥਾਂ ਨਹੀਂ ਬਣਿਆ ਹੁੰਦਾ ਉੱਥੇ ਇਹ ਵੀ ਚੋ ਕੇ ਖੁੱਲੀ ਛੱਡਦੇ ਬਹੁਤ ਰਾਣੀ ਗਾਂ ਹੈਲੋ ਦੋ ਮਿੰਟ ਲਾ ਲਓ ਜੀ ਸੁਬਰੋ ਦੇਖੋ ਬਾਲਟੀ ਜਮ੍ਹਾਂ ਲੈਣੇ ਜਾ ਵੱਜੀ ਇਹਦੀ ਅਤੇ ਸੀਟ ਠੰਡੀ ਪੂਰੀ ਫੁੱਲ ਆ ਅਤੇ ਵੀਡੀਓ ਆਪਣੀ ਲੰਬੀ ਹੋ ਜੂ ਮਾੜੀ 95308019 ਵੀਰ ਦਾ ਨੰਬਰ ਆ ਚਵਾਈ ਆਪਾਂ ਤੁਹਾਨੂੰ ਦਿਖਾ ਦਈਏ 8 ਕਿਲੋ ਦੁੱਧ ਨਿਬੜਨ ਵਾਲਾ ਦੁੱਧ ਆ ਜਮ੍ਹਾਂ ਇਹਦੇ ਪਿੱਛੇ ਬੱਚੀ ਆ ਅਤੇ ਆਹ ਤੁਸੀਂ ਦੇਖ ਸਕਦੇ ਤੁਹਾਨੂੰ ਬੰਨ ਵਗੈਰਾ ਇਹਦਾ ਠੰਡੀ ਸੀਟ ਪੂਰੀ ਫੁੱਲ ਆ ਸੋ ਦੋ ਨਾਗ ਆਪਾਂ ਤੁਹਾਨੂੰ ਦਿਖਾ ਦੇ ਇੱਕ ਜਰਸੀ ਦਾ ਅਤੇ ਇੱਕ ਦੇਸੀ ਗਾਂ ਦਾ 35,000 ਚ ਵੀਰ ਕਹਿੰਦਾ ਮਾਨਦਾਨ ਕਰ ਦੇ ਬਾਈ ਇਹ ਗਾਂ ਆਪਾਂ ਜਿਹੜਾ ਰੇਟ ਮੰਗਿਆ ਜੇ ਇਹ ਗਾਂ ਗੰਗਾ ਨਗਰ ਸਾਈਡ ਤੋਂ ਲੈਣੀ ਹੋਵੇ ਆਪਣੇ YouTube ਤੇ ਦੇਖੋ ਉੱਥੇ ਵੀਡੀਓ ਆਉਂਦੀਆਂ ਨੇ ਇਹ ਗਾਂ 55,000-60,000 ਦੀ ਬੁੱਲਰ ਦੀ ਆਪਾਂ ਲਿਖ ਕੇ ਦੇ ਦਿੰਦੇ ਆ ਗੱਲ ਪਰ ਆਪਾਂ ਦੇ ਆਪਾਂ ਇਹ ਕਹਿੰਦੇ ਨਹੀਂ ਆਪਣੇ ਕੋਲ ਚੀਜ਼ ਭਾਅ ਚ ਆਈ ਆ ਆਪਾਂ ਭਾਅ ਚ ਦੇ ਚਾ 2-3,000 ਬਣ ਜੇ ਹਾਂ ਕਾਰਨ ਕੀ ਆ ਜੇ ਹੁਣ ਇਹੀ ਗਾਂ ਆਪਾਂ ਗੰਗਾ ਨਗਰ ਸਾਈਡ ਤੋਂ ਆਪਣੇ ਜ਼ਿਮੀਦਾਰ ਲੈਣ ਜਾਂਦੇ ਨੇ ਜੱਟ ਸਿੱਖ ਭਾਈ ਆਪਣੇ ਤੇ ਉੱਥੇ ਬਾਈ ਕੋਈ ਨਹੀਂ ਦਿੰਦੇ ਹੈਗੇ ਉਹਦੇ ਤਾਂ ਇਹੀ ਜੀ ਆਪਾਂ ਨੂੰ 60-65 ਦੀ ਗਾਂ ਦੇਣਗੇ ਦੇਖੋ ਧਾਰਾ ਵਗੈਰਾ ਪੂਰੇ ਚੰਗੀਆਂ ਦੁੱਧ ਤਾਂ ਵਧੀਆ ਕੇਅਰ ਵਾਲਾ ਬੰਦਾ ਵੀਰੇ 12 ਕਿਲੋ ਦੁੱਧ ਕੱਢੀ ਜੂ ਠੀਕ ਹੈ ਜਮਾ ਬਾਕੀ ਦੇਸੀ ਗਾਂ ਦਾ 12 ਕਿਲੋ ਬਹੁਤ ਹੁੰਦਾ ਹੁਣ ਮੰਨ ਲਾ ਬਈ ਜਿੰਨੇ 7ਵੇਂ ਦਿਨ ਅੱਜ ਹੁਣ ਇਹ ਲਿਆ ਜਮਾ 9 ਕਿਲੋ ਦੁੱਧ ਹੈਗਾ ਪੱਠ ਕੇ ਕਿ ਦਵਾਂਗੇ ਤਾਂ ਹੀ ਮੈਂ ਚੋਈ ਨਹੀਂ ਸੀਗੀ ਇਹ ਮੈਂ ਕਈ ਵਾਰ ਕੀ ਹੁੰਦਾ ਨਾ ਛੱਡਦੇ ਬੱਚੀ ਨੂੰ ਆਪਣ 10 ਵਜ ਗਿਆ ਅੱਜ ਕੋ ਬੱਚੀ ਬਾਲਟੀ ਪਾ ਦੁੱਧ ਪਿਆ ਹੋਵੇ ਜੋ ਕਰ ਸਾਰੀ ਖਾਲੀ ਬੱਚੀ ਨੂੰ ਛੱਡਦਾ ਏ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਾਲ ਹੋਰ